ਸਾਡੇ ਮਹਿਮਾਨ ਮੁੱਖ ਮੰਤਰੀ ਤੁਹਾਡੇ ਨਾਲ ਕੁਝ ਮਿੰਟਾਂ ਆਪਦੇ ਵਿਚਾਰ ਸਾਂਝੇ ਕਰਨਗੇ। ਮੁਕਤਸਰ ਮੰਡੀ ਕੇ ਇਸ ਕਾਰਯਕ੍ਰਮ ਮੈਂ ਪ੍ਰਧਾਨ ਕਾਰਯਕਰਤਾਓਂ ਕੋ ਮੈਂ ਬਧਾਈ ਦੇਤਾ ਹੂੰ ਕਿ ਮੁਕਤਸਰ ਕੀ ਸੀਟ ਪਰ ਆਪਨੇ ਆਪਣੇ ਨਾਮ ਕਰ ਲਈ। ਏਕ ਡੇਢ ਘੰਟੇ ਸੇ ਯਹਾਂ ਏਕ ਏਕ ਦੁਕਾਨ ਮੇਂ ਵਿਆਪਾਰੀ ਭਾਈਓਂ ਸੇ ਮਿਲ ਰਹਾ ਹੂੰ ਔਰ ਵਿਆਪਾਰੀ ਅਗਰ ਕਿਸੀ ਕਾ ਸਾਥ ਦੇ ਦੇ, ਵਿਆਪਾਰੀ ਅਗਰ ਖੜਾ ਹੋ ਜਾਏ ਸੱਤਾ ਪਰਿਵਰਤਨ ਕੋ ਤੋ ਫਿਰ ਕੋਈ ਨਹੀਂ ਰੋਕ ਸਕਤਾ ਹੈ। ਮੁਝੇ ਲਗਾ ਯਹਾਂ ਪੇ ਸੱਤਾ ਪਰਿਵਰਤਨ ਬਹੁਤ ਦੁਖੀ ਕਿਆ ਹੈ। 10 ਸਾਲ ਮੇਂ ਵਿਆਪਾਰੀਓਂ ਕੋ ਆਜ ਵਿਆਪਾਰੀ ਉਸਕੋ ਹਿਸਾਬ ਕਿਤਾਬ ਚੁਕਤਾ ਕਰਨੇ ਕੇ ਲੀਏ ਤਿਆਰ ਬੈਠਾ ਹੋਇਆ ਪੂਰੇ ਪੰਜਾਬ ਕਾ। ਆਪ ਸਭਕੋ ਵਧਾਈ ਦੇਤਾ ਹੂੰ, ਕਹਿਣਾ ਚਾਹਤਾ ਹੂੰ ਚਾਰ ਪਾਂਚ ਦਿਨ ਪੂਰੇ ਮੁਕਤਸਰ ਮੇਂ ਗਲੀ ਗਲੀ ਮੇਂ ਪੂਰੇ ਪੰਜਾਬ ਮੇਂ ਜਹਾਂ ਜਹਾਂ ਆਪਕੇ ਜਾਣਕਾਰ ਹੈ, ਜਹਾਂ ਜਹਾਂ ਰਿਸ਼ਤੇਦਾਰ ਹੈ, ਸਭਕੋ ਫੋਨ ਕਰ ਕਰਕੇ ਬਤਾ ਦੀਜੀਏ ਕਿ ਆਮ ਆਦਮੀ ਪਾਰਟੀ ਕੀ ਸਰਕਾਰ ਬਣ ਰਹੀ ਹੈ। ਬਸ ਥੋੜ੍ਹਾ ਸਾ ਪੌਦਾ ਲਗਾਉਣ ਦੀ ਜ਼ਰੂਰਤ ਹੈ, ਇੰਡਸਟਰੀ ਵੀ ਕਰਨੀ ਹੈ ਕੋਸ਼ਿਸ਼ ਹੋ। ਅਭੀ ਯਹਾਂ ਗਲੀ ਗਲੀ ਮੇਂ ਲੋਕੋਂ ਸੇ ਮਿਲਾ, ਦੁਕਾਨ ਦੁਕਾਨ ਮੇਂ ਸਾਰੇ ਲੋਕ ਕਹਿ ਰਹੇ ਥੇ ਜੀ ਡਿਪਟੀ ਸੀ ਐਮ, ਡਿਪਟੀ ਸੀ ਐਮ ਸਿਕਿਉਰਿਟੀ ਕਰ ਕੇ ਆਏ, ਚਿੰਤਾ ਨਾ ਕਰੋ ਪੰਜਾਬ ਦਾ ਅਗਲਾ ਸੀ ਐਮ ਡਿਪਟੀ ਸੀ ਐਮ ਤੋਂ ਇਹਦਾ ਹੀ ਹੋਗਾ ਜੋ ਬਿਨਾਂ ਸਿਕਿਉਰਿਟੀ ਦੇ ਅਸੀਂ ਸੰਭਾਲ ਰਹੇ ਹਾਂ। ਜਿਨਕੋ ਸਿਕਿਉਰਿਟੀ ਮੇਂ ਘੁੰਮਣੇ ਕੀ ਆਦਤ ਪੜ ਗਈ ਹੈ ਉਨਕੋ ਪਰਮਾਨੈਂਟ ਸਿਕਿਉਰਿਟੀ ਮੇਂ ਬਿਠਾ ਦੇਂਗੇ, ਕਿਉਂਕਿ ਉਹਨਾਂ ਨੇ ਬੜਾ ਕਰਪਸ਼ਨ ਕਰ ਰੱਖਾ ਦੇ ਲਈ ਬਿਠਾ ਦੇਂਗੇ, ਉਨਕੋ ਜਨਤਾ ਕੀ ਜ਼ਰੂਰਤ ਨਹੀਂ ਹੈ, ਉਨਕੋ ਪੈਸਾ ਕੀ ਜ਼ਰੂਰਤ ਹੈ, ਉਨਕੋ ਨਿਕਾਲ ਦੇਂਗੇ। ਦੋਸਤੋ ਪੰਜਾਬ ਮੇਂ 4 ਤਾਰੀਖ ਕੋ ਫਰਵਰੀ ਕੋ ਜਬ ਵੋਟ ਪੜੀ ਹੈ ਤੋ ਉਸ ਚੁਣਾਵ ਕੇ ਲਈ ਨਹੀਂ, ਮੁੱਖ ਮੰਤਰੀ ਹੈ ਸਰਕਾਰ ਬਣਾਉਣ ਕੇ ਲਈ ਨਹੀਂ, ਬਲਕਿ ਪੰਜਾਬ ਕੋ ਨਸ਼ਾ ਮੁਕਤ ਬਣਾਉਣ ਕੇ ਲਈ ਪੜੇਂਗੇ, ਨਸ਼ਾ ਕੋ ਮੁਕਤ ਕਰਾ ਪੜੇਂਗੇ। ਸਸਤੀ
सस्ती बिजली मिलती है सारे राज्यों में। पंजाब में आज सारे देश में सबसे महंगी बिजली है। दुकानदार परेशान है, व्यापारी परेशान है, इंडस्ट्री वाला परेशान है, घर वाला परेशान है, कैसे करें? पंजाब में आएंगे, हमने दिल्ली में बिजली के काम आगे कर दिए थे, आप ही पंजाब में आएंगे तो भ्रष्टाचार खत्म करके यहाँ बिजली सस्ती करने की व्यवस्था। और कैसे करेंगे? मैं आप आखिरी में जाते जाते एक बात कहने जाता हूँ, लोग कहते हैं कैसे करोगे कैसे करोगे, जैसे दिल्ली में किया था। दिल्ली में कैसे किया था? हमने दिल्ली में बिजली के खाते खुलवा दिए, बताओ कहाँ होती है। उन्होंने फर्जी घंटे खराब कर लिए, 4 करोड़ का ट्रांसफॉर्मर आता था, 40 करोड़ का बिजली सस्ती करेंगे। और मुख्यमंत्री बहुत बहुत धन्यवाद।